जैतो मोर्चा जिहड़ा शहीदां दी याद दे विच इत्थे शताब्दी दे रूप विच मनाया जा रहा उत्थे श्रोमणी गुरुद्वारा प्रबंधक कमेटी के प्रधान सरदार हरजिंदर सिंह जी धामी जी अते होर सिख संगतां जिहड़ियां इत्थे पहुंचियां ने इत्थे शहीदां दी जिहड़े जत्थे सी उह जिहड़े इत्थे वन बाय वन जत्थे बन के आउंदे सी उहनां दी याद विच उहनां दीआं तस्वीरां दे रूप विच प्लस उहनां दी डिटेल सारी उस जत्थे विच किन्ने सिंघ हुंदे सन अते की उहनां नाम सी सारिआं दी डिटेल दे रूप विच इत्थे प्रदर्शनी लगाई गई है। आओ असीं गल करदे आं हुण इत्थे इहनां जत्थे ਦੇ ਬਾਰੇ ਡਿਟੇਲ ਵਿੱਚ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਸਾਕਾ ਵਾਪਰਿਆ ਜੀ 1405 ਇਹ ਸ੍ਰੀ ਅਕਾਲ ਤਖਤ ਸਾਹਿਬ ਉਸ ਸਮੇਂ ਦਾ ਜਦੋਂ ਜਥੇ ਤੁਰਦੇ ਸੀਗੇ ਜੀ ਇਹ ਮਨੀਆਂ ਦਾ ਰਾਸ਼ਟਰ ਵੀ ਉਪਰ ਹੋ ਇਹ ਭਰਿਆ ਸੀਗਾ ਜੀ ਉਸ ਵੇਲੇ ਅੱਛਾ ਇੱਕ ਦੇਖ ਲਓ ਇਹਨਾਂ ਸਿੰਘਾਂ ਦੀਆਂ ਦਸਤਾਰਾਂ ਹਾਂਜੀ 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 ਦਾਣੀਆਂ ਸਾਰਾ ਕੜੀਆਂ ਸ਼ਹੀਦਾਂ ਦੀਆਂ ਹੀ ਆ ये फिर उस समय आर्टिस्ट की व्यू है आप भी आर्टिस्ट का व्यू है जी ये बीबी बलबीर कौर वाला जी हूँ इन ना रोकया गया बीबी बलबीर कौर रोकया गया भी तुसी ना जाओ बच्चा छोटा है तुसी ना जाओ पर रुकी नहीं जी तरन तारण तुसी बीबी रुकी नहीं है ये इतों शुरू हो गया जी ओरिजिनल जी ये पहला शहीदी जथा जो रैसट किया गया ऊधम सिंह बरपाल दूजा शहीदी जथा जो समय 30,000 का कट सी जी अच्छा नहीं इतने अकाल तख्त साहब तो तुरन लगे 30,000 का कट तीजा जथा सी जो उस समय फिर होर कट हो गया जी अच्छा फिर जो जो जथा तुरदा गया जी उन्होंने ना की किया भी चक के अकाली दल तो श्रोमणी कमेटी बैन करता जी भी शायद अकाली लीडर अंदर करन करके भी ये कमजोर पै जाएंगे जी वो सगो किशनपुर तो आए बाहोवाल जी नहीं मैं उतों आया तुरिया केसगढ़ साहब तो केसगढ़ एक कला कला मैं रूट देता जी नाल भी ता जो किसी को समस्या ना पड़न सारा कुछ है पंजवा शहीदी जथा छेवा शहीदी जथा नवा जथा जी केसर सिंह तरन तारण विशाखा ये सारे उधर मोस्टली ना माझा सी जी माझा ज़्यादा सी ग्यारहवा बारहवा जी तेरहवा चौदहवा पंद्रहवा सोलह तो आए जी पांच सौ जी सोलह पांच सौ पूरे सोलह जथे पांच सौ शहीदा ने आए जी जो सोलह पहले आए जी फिर आज मुझे कनेडियन है जी उन्हें कनेडियन उस समय जो तुरै गया ग्यारह का संघ तुरै जी हाँ जी हांगकांग ये हांगकांग तो आए जी शंघाई तो चीन तो आए जी हाँ जी हाँ जी हाँ जी अच्छा फिर जो तो शंघाई शंघाई जो चीन च बड़े सिख सी जी सिखा दी बढ़िया आबादी सी हाँ जी शंघाई आजादी अच्छा फिर देखो कनेडियन सिंह ने ना जी फिर एक थे खड़े एक थे कट्ठे होके फिर फोटो खिंचाई सी जैसे जी
ਤਾਰਾ ਗਰਾਈ ਵੈਲਕੂਵਰ ਤੋਂ ਚੱਲਿਆ ਸੀਗਾ ਜੀ ਤੇਰਾ ਸਿੰਘ ਸੀਗੇ ਸਿੰਘਾਈ ਤੋਂ ਹਾਂਗਕਾਂਗ ਤੋਂ ਚਾਰ ਹਾਂਜੀ ਸਿੰਗਾਪੁਰ ਤੋਂ ਦਸ ਪਿਨਾਂਗ ਤੋਂ ਤਿੰਨ ਨਹੀਂ ਨਹੀਂ ਇਹਨਾਂ ਦੀਆਂ ਦਸਤਾਰਾਂ ਇਹਨਾਂ ਦੇ ਚਿਹਰੇ ਕਿੰਨੇ ਪ੍ਰਾਤਨ ਆ ਹਾਂਜੀ ਐਫ ਰਹੀ ਆ ਜੀ ਫਿਰ ਨੈਚੁਰਲ ਆ ਤਾਂ ਹੀ ਤਾਂ ਫਿਰ ਕੀ ਜਾ ਜੀ ਪਰ ਬਾਅਦ 'ਚ ਜੀ ਇਹ ਬਾਬਾ ਜੀ ਆਪ ਬੈਠੇ ਨਾ ਦੁਸਾਂਝ ਭਗਵਾਨ ਸਿੰਘ ਦੁਸਾਂਝ ਅੱਛਾ ਇਹ ਦੇਖੋ ਮੈਨੂੰ ਨਾ ਸਮਝ ਨਾ ਆਵੇ ਵੀ ਮੈਡਾਨਸ ਮਾਸਟਰ ਕੀ ਹੈ ਮੈਂ ਫਿਰ ਕੁਛ ਬੰਦੇ ਇਕੱਠੇ ਕੀਤੇ ਵੀ ਮੈਡਾਨਸ ਮਾਸਟਰ ਕੀ ਹੈ ਫਿਰ ਪਤਾ ਲੱਗਿਆ ਵੀ ਆਸਟ੍ਰੇਲੀਆ ਉਹਦੇ 'ਚ ਆਪਣਾ ਜਿਹੜਾ ਇੱਕ ਟਾਪੂ ਆ ਇਹ ਇੰਡੋਨੇਸ਼ੀਆ ਦਾ ਜੀ ਇੰਡੋਨੇਸ਼ੀਆ ਦਾ ਟਾਪੂ ਆ ਉੱਥੋਂ ਆਏ ਆ ਸਿੱਖ ਇਹ ਤਰਤੀਬ ਕਿਵੇਂ ਚੱਲਦੇ ਸੀ ਪਹਿਲਾਂ ਜਥਿਆਰ ਜਾਣਾ ਸੀਗਾ ਊਧਮ ਸਿੰਘ ਨਾਗੋਕ ਨੇ ਊਧਮ ਸਿੰਘ ਨਾਗੋਕ ਨੂੰ 8 ਨੂੰ ਫਰਵਰੀ ਨੂੰ ਅਰੈਸਟ ਕਰਨਾ ਸੀ ਇਹ ਆਪਣੇ ਇੰਪਲਾਈ ਸੀਗੇ ਸ਼੍ਰੋਮਣੀ ਕਮੇਟੀ ਦੇ ਇਹ ਫਿਰ ਰਾਤੋਂ ਰਾਤ ਇਹਨਾਂ ਨੂੰ ਤਿਆਰ ਕੀਤਾ ਗਿਆ ਅਤੇ ਜਥਿਆਰ ਅਕਸ਼ਰ ਸਿੰਘ ਜਥਿਆਰ ਬਣੇ ਊਧਮ ਸਿੰਘ ਉੱਪਰ ਵਰਪਾਲ ਲੈ ਰਹੇ ਨੇ ਇਹ ਜੈਤੋਂ ਮੋਰ ਤੋਂ ਜਦੋਂ ਰਿਹਾਈ ਹੋਈ ਹੈ ਜੀ ਸੱਤ ਸਾਲ ਬਾਅਦ ਇਹ ਇਹਨਾਂ ਦਾ ਪਰਿਵਾਰ ਅਮੈਰੀਕਾ ਜੀ ਸੰਤ ਸੰਤੋਖ ਸਿੰਘ ਦਾ ਹੈ ਅੱਜ ਕੱਲ੍ਹ ਮੋਗੇ ਦੇ ਹੈ ਇਹਨਾਂ ਦਾ ਪਰਿਵਾਰ ਅਮੈਰੀਕਾ ਹੈ ਇਹ ਮੋਗੇ ਤੋਂ ਜੀ ਜਸਾ ਸੁੱਚਾ ਸਿੰਘ ਮੋਗਾ ਸ਼ਹੀਦ ਦਰਸ਼ਨ ਸਿੰਘ ਫਿਰੂਮਾਨ ਇਹ ਆਏ ਸੀ ਜੀ ਭਾਈ ਭਗਵਾਨ ਸਿੰਘ ਦੁਸਾਂਝ ਅਮਰੇ ਉੱਥੋਂ ਕੈਨੇਡਾ ਤੋਂ ਇਹਨਾਂ ਦਾ ਪਰਿਵਾਰ ਐਟ ਪ੍ਰੈਜੈਂਟ ਲੰਡਨ ਆ ਜੀ ਸਰਦਾਰ ਬਹਾਦਰ ਹਾਂ ਉਹ ਸੀਗੇ ਪਹਿਲਾਂ ਉਹ ਸੀ ਨਾ ਬਾਅਦ 'ਚ ਫਿਰ ਮੂਵਮੈਂਟ 'ਚ ਆ ਗਏ ਸੀ ਇਹ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਮਾ ਸਿੰਘ ਸਭਾਲ ਸਭ ਤੋਂ ਸੀਨੀਅਰ ਨੇਤਾ ਸੀਗੇ ਤੇਜਾ ਸਮੁੰਦਰੀ ਮੰਗਲ ਸਿੰਘ ਗਿੱਲ ਇਹ ਜੀ ਜੇ ਮਾਤਾ ਕਿਸ਼ਨ ਕੌਰ ਅਤੇ ਨਹੀਂ ਜੇ ਮਾਤਾ ਕਿਸ਼ਨ ਕੌਰ ਅਤੇ ਤੇਜ ਕੌਰ ਬਾਈਆ ਇਹ ਦੋਨੇ CID ਨਾ ਦਿੰਦੇ ਤਾਂ ਪਹਿਲੇ ਦਿਨ ਹੀ 500 ਤੋਂ 500 ਸਿੰਘਾਂ ਦਾ ਸ਼ਹੀਦ ਹੋ ਜਾਣਾ ਸੀ ਇਹ ਜਥਾ ਜਾ ਰਿਹਾ ਸੀਗਾ ਗੰਗਸਰ ਜੈਤੋਂ ਉੱਥੇ ਤੋਪਾਂ ਮੀਡੀਆ ਵੀ ਸੀ ਅਤੇ ਉਹਨਾਂ ਨੇ ਘੇਰਾ ਵੀ ਗੱਡੇ ਖੜ੍ਹੇ ਕਰਕੇ ਉੱਪਰ ਝਾਪੇ ਰੱਖੇ ਹੋਏ ਸੀ ਇਹਨਾਂ ਨੇ CID ਕਰਕੇ ਭੇਸ ਬਦਲ ਕੇ ਆ ਕੇ ਦੱਸਿਆ ਵੀ ਉਹ ਰਸਤਾ ਖਤਰਨਾਕ ਆ ਤੁਸੀਂ ਟਿੱਬੀ ਸਾਹਿਬ ਨੂੰ ਹੋ ਜਾਓ ਇਹ ਫਿਰ ਟਿੱਬੀ ਸਾਹਿਬ ਨੂੰ ਹੋ ਗਏ ਇਹ ਆ ਜੀ ਗਿਆਨੀ ਇੰਦਰ ਸਿੰਘ ਮੋੜ ਇਹਨਾਂ ਦਾ ਬੇਟਾ ਐਟ ਪ੍ਰੈਜੈਂਟ ਆਸਟ੍ਰੇਲੀਆ ਜੀ
ਇਹ ਜਦੋਂ ਸ਼੍ਰੋਮਣੀ ਕਮੇਟੀ ਗੈਰ ਕਾਨੂੰਨੀ ਕਰਾਰ ਸੀ ਉਹਦੇ ਤੇ ਸੀਨੀਅਰ ਨੇਤਾ ਸੀ ਇਹ ਫਿਰ ਜਦੋਂ ਗੁਰਦੁਆਰਾ ਐਕਟ ਬਣਿਆ ਜੀ ਦੋ ਗਰੁੱਪ ਬਣ ਗਏ ਸਰਦਾਰ ਬਹਾਦਰ ਮਹਤਾਬ ਸਿੰਘ ਪਹਿਲਾਂ ਬਾਹਰ ਆ ਗਏ ਤੇਜਾ ਸਮੁੰਦਰੀ ਅੰਦਰ ਸ਼ਹੀਦੀ ਪਾ ਗਏ ਮਾਸਟਰ ਤਾਰਾ ਸਿੰਘ ਲੀਡਰ ਬਣ ਗਏ ਉਹ ਫਿਰ ਜਦੋਂ ਬਾਹਰ ਰਿਹਾ ਹੋਏ ਤਾਂ ਉਹਨਾਂ ਦੇ ਸਮੁੰਦਰੀ ਸਾਹਿਬ ਦੀ ਫੋਟੋ ਵਿਚਾਲੇ ਰੱਖ ਕੇ ਫਿਰ ਫੋਟੋ ਖਿਚਾਈ ਸਾਰੀ ਮੈਂ ਤਾਂ ਇਕੱਲੀ ਇਕੱਲੀ ਡਿਟੇਲ ਦੇ ਦਿੱਤੀ ਵੀ ਇੱਥੇ ਦੱਸਣ ਵਾਲਿਆਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਜਾਂ ਕਈ ਵਾਰੀ ਨਹੀਂ ਪਤਾ ਲੱਗਦਾ ਫਿਰ ਮੈਂ ਕਿਹਾ ਡਿਟੇਲ ਪੂਰੀ ਦੇ ਦਿਓ ਜਿੱਦਣ 14 ਸਤੰਬਰ ਨੂੰ ਹੋ ਗਿਆ ਰਾਸ਼ਨ ਖਤਮ ਹੋ ਗਿਆ ਅੰਦਰ ਫਿਰ ਇਹਨਾਂ ਨੇ ਛੱਪੜ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਨਾਲ ਛੱਪੜ ਸੀਗਾ ਛੱਪੜ ਦੇ ਵਿੱਚੋਂ ਪੈਦਲ ਚੱਲ ਕੇ ਰਾਸ਼ਨ ਅੰਦਰ ਸੁੱਟਿਆ ਉਸ ਵੇਲੇ ਵਰਤਾਓ ਦੇਖੋ ਕਿਵੇਂ ਹੁੰਦਾ ਸੀ ਕੱਪੜੇ ਲਵਾ ਲੈਂਦੇ ਸੀ ਐਡਾ ਰੱਸਿਆਂ ਨਾਲ ਬੰਨ੍ਹ ਦਿੰਦੇ ਸੀ ਬਾਹਾਂ ਹਾਂ ਫਿਰ ਮੈਂ ਕਿਹਾ ਵੀ ਆ ਇਹ ਨੌਜਵਾਨ ਭਚੰਗੀ ਜੀ ਇਹ ਜਿਵੇਂ ਅੱਤਿਆਚਾਰ ਕੀਤਾ ਜਾਂਦਾ ਸੀ ਜੀ ਨਾਭਾ ਜੇਲ੍ਹ 'ਚ ਇਹ ਤੁਹਾਡਾ 20ਵੇਂ ਸਦੀ ਦੇ ਭਾਈ ਤਾਰੂ ਸੀ ਇਹਨਾਂ ਦੀ ਕੇਸ ਬੰਨੇ ਦੇ ਨਾਲ ਹੇਠਾਂ ਵੇਟ ਬੰਨ੍ਹਤਾ ਸੀ ਉੱਥੋਂ ਫਿਰ ਕੱਢਤਾ ਕੁਰਸੀ ਕੱਢਤੀ ਕੁਰਸੀ ਕੱਢਣ ਦੇ ਨਾਲ ਖੋਪੜੀ ਉੱਪਰ ਰਹਿ ਗਈ ਸਰੀਰ ਥੱਲੜੇ ਇਹ ਹੁਣ ਸਾਰੇ ਸ਼ਹੀਦ ਆ ਜੀ ਜ਼ਿਲ੍ਹਾ ਬਾਰੇ ਕੋਈ ਆਪਾਂ ਨੂੰ ਇਹ ਹੁਣ ਜਦੋਂ ਕੱਲ੍ਹ ਪਰਿਵਾਰ ਆਉਣਗੇ ਉਹ ਪਛਾਣ ਸਕਦੇ ਪਛਾਣ ਲੈਣ ਅਦਰਵਾਈਜ਼ ਜਾਣ ਪਛਾਤਾ ਹੈ ਸਾਰਾ ਕਿਉਂਕਿ ਉਸ ਵੇਲੇ ਡੈਡ ਬੋਡੀ ਦਿੰਦੇ ਨਹੀਂ ਸੀ ਨਾ ਜੀ ਡੈਡ ਬੋਡੀ ਦਿੰਦੇ ਨਹੀਂ ਸੀ ਉਸ ਵੇਲੇ ਅੰਦਰ ਹੀ ਸੰਸਕਾਰ ਕਰ ਦਿੰਦੇ ਦੇਖੋ ਆਹ ਪੜੋ ਜੈਤੋਂ ਉਰਛੇ ਸਮੇਂ ਗ੍ਰਿਫਤਾਰ ਕੀਤੇ ਗਏ ਜਥਿਆਂ ਨੂੰ ਬਾਵਲਕਟ ਜਾਂ ਨਾਭੇ ਭੇਜਿਆ ਜਾਂਦਾ ਸੀ ਉਹਨਾਂ ਦਿਨਾਂ ਵਿੱਚ ਨਾਭੇ ਦੇ ਨੇੜਲੇ ਸਾਰੇ ਜੰਗਲ ਅਕਾਲੀ ਕੈਦੀਆਂ ਦੇ ਕੈਂਪ ਬਣੇ ਹੋਏ ਸਨ ਫੌਜੀ ਬਾਰਕਾਂ ਕੋਤਵਾਲੀ ਕੁੱਤਾਖਾਨਾ ਕਾਰਖਾ ਸਕੂਲ ਕਿਲ੍ਹਾ ਤੋਪਖਾਨਾ ਆਦਿ ਸਾਰੀਆਂ ਥਾਵਾਂ ਮਨੁੱਖੀ ਕਸਾਈਖਾਨੇ ਬਣੇ ਹੋਏ ਸਨ ਮਿਸਟਰ ਉਗਲਵੀ ਦੀ ਅਗਵਾਈ ਹੇਠ ਪੁਲਿਸ ਅਕਾਲੀ ਸੰਗਤ 'ਤੇ ਅੱਤਿਆਚਾਰ ਕਰ ਰਹੀ ਸੀ ਇਹਨਾਂ ਸਥਾਨਾਂ ਜ਼ਿਲ੍ਹਾ ਦੇ ਆਸੇ ਪਾਸੇ ਇੰਨੀ ਸਖਤਾਈ ਸੀ ਕਿ ਚਿੜੀ ਵੀ ਫੜਕ ਨਹੀਂ ਸਕਦੀ ਸੀ ਉਸ ਸਮੇਂ ਨਾਭੇ ਦੀਆਂ ਕੈਂਪ ਜ਼ਿਲ੍ਹਾ ਵਿੱਚ ਦੋ ਚੀਜ਼ਾਂ ਦੀ ਬਤਾ ਸੀ ਮੌਤ ਅਤੇ ਬੀੜ ਦੀਆਂ ਲੱਕੜਾਂ ਹਾਲਾਤ ਬਹੁਤ ਮਾੜੇ ਸਨ ਸਿੰਘਾਂ ਉੱਪਰ ਇੰਨਾ ਤਸ਼ੱਦਦ ਹੋ ਰਿਹਾ ਸੀ ਪੁਲਿਸ ਸਿੱਧਰ ਦੇ ਨਾਲ ਸਿੰਘਾਂ ਦੁਕਾਰਾ ਕਰਕੇ ਜੇਲ੍ਹ ਵਿਚਲੇ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਸੀ ਜਿਨ੍ਹਾਂ ਵਿੱਚੋਂ ਬਹੁਤ ਗਿਣਤੀ ਸਿੰਘ ਸ਼ਹੀਦੀਆਂ ਪਾ ਜਾਂਦੇ ਤਾਂ ਉਹਨਾਂ ਸ਼ਹੀਦ ਹੋਣ ਵਾਲਿਆਂ ਨੂੰ ਜੰਗਲੇ ਦੇ ਪਾਰ ਲਿਜਾ ਕੇ ਬੀੜ ਵਿੱਚੋਂ ਕੱਟੀਆਂ ਲੱਕੜਾਂ ਨਾਲ ਸੰਸਕਾਰ ਕੀਤਾ ਜਾਂਦਾ ਅਤੇ ਪਰਾਂ ਦੇ ਅੰਦਰ ਵੇਖਦਿਆਂ ਕੜੀਆਂ ਵਰਗੇ ਨੌਜਵਾਨ ਰਾਖ ਦਾ ਢੇਰ Thank you.
ਕਿਉਂਕਿ ਉਹਦਾ ਆਇਆ ਸੀ ਨਾ ਜੀ ਨਾ ਸੰਦੂਕ ਪਹਿਲੇ ਜਥੇ ਵਾਲੇ ਜ਼ਿਆਦਾ ਹੋਏ ਆ ਉਹ ਹੋਣੇ ਪਹਿਲੇ ਹੋ ਤਾਂ ਗੁਰੀ ਚੜੀ ਨਹੀਂ ਉਹਨਾਂ ਨੇ ਕੀ ਕੀਤਾ ਰਾ ਜੀ ਸੰਦੂਕ ਉਹਨਾਂ ਨੇ ਨਾ ਸੰਦੂਕ ਲਿਆ ਕੇ ਖੜਾਤੇ ਸੀਗੇ ਡੈਡ ਬੋਡੀਆਂ ਸਿੰਘਾਂ ਨੇ ਕੀ ਕੀਤਾ ਇੱਥੇ ਇੱਕ ਖੂਹੀ ਨਹੀਂ ਖੂਹੀ ਦੇਖੀ ਤੁਸੀਂ ਖੂਹੀ ਦੇ ਕੋਲ ਡੈਡ ਬੋਡੀਆਂ ਅਤੇ ਜਿਹੜੇ ਸਸਕਰੇ ਸੀ ਚੱਕੇ ਨਾਲ ਲਿਆਂਦੇ ਮਾਤਾ ਕਿਸ਼ਨ ਕੌਰ ਨੇ ਉਹਨਾਂ ਮੂੰਹ 'ਚ ਪਾਣੀ ਪਾਉਣਾ ਸ਼ੁਰੂ ਕਰਤਾ ਤਾਂ ਅੰਗਰੇਜ਼ ਨੇ ਕੀ ਕੀਤਾ ਕਿ ਉਹਨਾਂ ਨੂੰ ਡੈਡ ਬੋਡੀਆਂ ਖੋਲੀਆਂ ਡੈਡ ਬੋਡੀਆਂ ਅਤੇ ਜਿਹੜੇ ਸਸਕਰੇ ਸੀ ਉਹਨਾਂ ਨੂੰ ਖੋਲਿਆ ਉਹਨਾਂ ਨੂੰ ਕੀ ਕੀਤਾ ਸੰਦੂਕਾਂ ਦੇ ਵਿੱਚ ਪਾ ਲਿਆ ਅਤੇ ਇਹ ਜਿਹੜੀਆਂ ਸਾਡੇ ਕੋਲ 18 ਜਾਂ 20 ਨਾਂ ਲੱਭਦੇ ਨਾ ਜੀ ਇਹ ਖੇਤਾਂ ਦੇ ਵਿੱਚ ਵੇਚੀਆਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਬਾਕੀ ਜਿਹੜੀਆਂ ਸੀਗੀਆਂ ਫਿਰ ਜਿਹੜੀਆਂ ਡੈਡ ਬੋਡੀਆਂ ਸੀਗੀਆਂ ਉਹ ਸਾਰੀਆਂ ਰਾਤ ਨੂੰ ਜਿਹਨਾਂ ਦੇ ਨਾਂ ਅੰਕਿਤ ਕੀਤੇ ਆ ਹਾਂਜੀ ਅਤੇ ਉਹਨਾਂ ਨੂੰ ਦਰਿਆ ਦੇ ਵਿੱਚ ਰੋੜਤਾ ਜੀ